मॉर्निंग नाइन्थ बी बेटा आज अपना करना है कविता माता गुजरी जी। ठीक है, कवि हैं नंदलाल नूरपुरी, साहित्य माला बुक दे विच है। ओके, सो पहला दिन वही दसो कि माता गुजरी जी कौन सन। ठीक है, क्योंकि लास्ट जिहड़ा आपां दिसंबर दे विच वीक मनाया है वो आपां छोटे साहिबजादियां दी शहीदी दे नाल रिलेटेड मनाया। ठीक है, सो इस कविता दे विच भी छोटे साहिबजादियां दी शहीदी बारे दस्या होया है। उन्हां दी शहीदी तो बाद विच माता गुजरी जी दा की हाल होया सी उस दर्द नूं बयान कीता होया है। ठीक है, सो पहलां तुसीं मैनूं इह दस्सो कि माता गुजरी जी कौन सन। ठीक, अगर किसी नूं छोटे साहिबजादियां दी शहादत बारे पता है तो वह दसो। यस रमनीक, माता गुजरी जी गुरु श्री गुरु तेग बहादुर जी की पत्नी सन ते श्री गुरु गोबिंद सिंह जी दे माता सन। ठीक है, ओके। यस अर्शप्रीत, माता गुजरी जी छोटे साहिबजादे जी दे दादी जी सन। ठीक है, दादी जी सन, ओके। होर ते उन्होंने बहुत सारे तसीहे सहे सन। ठीक है, ਉਹਨਾਂ ਨੂੰ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਗਿਆ ਸੀ ਅਤੇ ਉਹਨਾਂ ਨੂੰ ਬਹੁਤ ਆਪਣੇ ਪਤੀ ਨੂੰ ਵੀ ਦੂਸਰੇ ਧਰਮ ਲਈ ਉਹਨਾਂ ਨੂੰ ਕੁਰਬਾਨ ਕਰ ਦੇਣਾ ਪਿਆ ਸੀ। ਠੀਕ ਹੈ, ਗੁੱਡ, ਓਕੇ। ਯੈਸ ਬੇਟਾ, ਮਾਤਾ ਗੁਜਰੀ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਦਸਵੇਂ ਗੁਰੂ, ਉਹਨਾਂ ਦੇ ਮਾਤਾ ਜੀ ਸਨ। ਠੀਕ ਹੈ, ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਜੋ ਕਿ ਸਿੱਖਾਂ ਦੇ ਨੌਵੇਂ ਗੁਰੂ ਸਨ ਉਹਨਾਂ ਦੇ ਮਾਤਾ ਜੀ ਸਨ। ਠੀਕ ਹੈ, ਤੇ ਇਹ ਜਿਹੜੇ ਚਾਰ ਸਾਹਿਬਜ਼ਾਦੇ ਨੇ, ਚਾਰ ਸਾਹਿਬਜ਼ਾਦੇ ਦੇ ਨਾਮ ਪਤਾ ਕਿਸੇ ਨੂੰ? ਚਾਰ ਸਾਹਿਬਜ਼ਾਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਪੁੱਤਰ ਸਨ। ਹਾਂਜੀ ਰਮਨੀ, ਸਾਹਿਬਜ਼ਾਦਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਜੁਝਾਰ ਸਿੰਘ ਜੀ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ। ਫਤਿਹ ਸਿੰਘ ਜੀ, ਠੀਕ ਹੈ, ਗੁੱਡ, ਕਲੀਅਰ ਹੈ। ਇਹ ਚਾਰ ਸਾਹਿਬਜ਼ਾਦੇ ਸਨ, ਇਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਸਨ। ਠੀਕ ਹੈ, ਤੇ ਇਹਨਾਂ ਜਦੋਂ ਇਹਨਾਂ ਚਾਰ ਜਿਹੜੇ ਚਾਰ ਸਾਹਿਬਜ਼ਾਦਿਆਂ ਨੂੰ ਲੈ ਕੇ ਬਾਬਾ ਜੀ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਜਦੋਂ ਛੱਡਿਆ ਸੀ ਤਾਂ ਸਿਰਸਾ ਨਦੀ ਦੇ ਕਿਨਾਰੇ ਤੇ ਆ ਕੇ ਵੱਡੇ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਤੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਦੇ ਨਾਲ ਚੱਲ ਪਏ ਸਨ। ਇਹਨਾਂ ਦਾ ਵਿਛੋੜਾ ਪੈ ਗਿਆ ਸੀਗਾ। ਠੀਕ ਹੈ, ਸਿਰਸਾ ਨਦੀ ਦੇ ਕਿਨਾਰੇ ਤੇ ਆ ਕੇ ਫਿਰ ਮਾਤਾ ਗੁਜਰੀ ਜੀ ਜਦੋਂ ਹੌਲੀ 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 ਚੱਲਦੇ ਗਏ ਤਾਂ ਉਹਨਾਂ ਨੂੰ ਰਸਤੇ ਵਿੱਚ ਗੰਗੂ ਰਸੋਈਆ ਮਿਲਿਆ। ਠੀਕ ਹੈ, ਗੰਗੂ ਨਾਮ ਦਾ ਇੱਕ ਬ੍ਰਾਹਮਣ ਮਿਲਿਆ ਜੋ ਕਿ ਉਹਨਾਂ ਨੂੰ ਆਪਣੇ ਪਿੰਡ ਵਿੱਚ ਲੈ ਗਿਆ। ਠੀਕ ਹੈ, ਤੇ ਬਾਅਦ ਵਿੱਚ ਉਹਨੇ ਥੋੜੇ ਦਿਨ ਉਹਨਾਂ ਨੂੰ ਰੱਖਿਆ ਤੇ ਉੱਥੋਂ ਦਾ ਜਿਹੜਾ ਸਰਹੰਦ ਦਾ ਵਜ਼ੀਰ ਸੀ, ਔਰੰਗਜ਼ੇਬ ਦਾ ਸੀ ਵਜ਼ੀਰ, ਉਹਨੇ ਕੀ ਕੀਤਾ ਕਿ ਉਹਨੇ ਲਾਲਚ ਵਿੱਚ ਆ ਗਿਆ। ਉਹਨੂੰ ਮੋਹਰਾਂ ਦਿੱਤੀਆਂ ਗਈਆਂ ਕਿ ਤੂੰ ਛੋਟੇ ਸਾਹਿਬਜ਼ਾਦਿਆਂ ਨੂੰ ਸਾਡੇ ਹਵਾਲੇ ਕਰ ਦੇ। ਗੰਗੂ ਰਸੋਈਏ ਨੇ ਲਾਲਚ ਵਿੱਚ ਆ ਕੇ ਉਹਨਾਂ ਨੂੰ ਕੈਦ ਕਰਵਾ ਦਿੱਤਾ। ਫਿਰ ਮਾਤਾ ਗੁਜਰੀ ਜੀ ਤੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਰੱਖਿਆ ਗਿਆ। ਠੀਕ ਹੈ, ਉਹਨਾਂ ਤੇ ਬਹੁਤ ਜ਼ਿਆਦਾ ਤਸੀਹੇ ਦਿੱਤੇ ਗਏ। ਉਹਨਾਂ ਨੂੰ ਸਰਹੰਦ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ, ਧਰਮ ਬਦਲਣ ਲਈ ਕਿਹਾ ਗਿਆ, ਪਰ ਉਹ ਆਪਣੇ ਧਰਮ ਤੇ ਅਡੋਲ ਰਹੇ। ਉਹਨਾਂ ਨੇ ਬਿਲਕੁਲ ਵੀ ਸੀ ਨਹੀਂ ਕੀਤੀ, ਉਹਨਾਂ ਨੇ ਸਿੱਖੀ ਧਰਮ ਨੂੰ ਆਪਣੀ ਸ਼ਾਨ ਸਮਝਿਆ। ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਧਰਮ ਨੂੰ ਬਦਲਾਂਗੇ ਨਹੀਂ, ਅਸੀਂ ਮੁਸਲਿਮ ਧਰਮ ਨੂੰ ਨਹੀਂ ਅਪਣਾਵਾਂਗੇ। ਠੀਕ ਹੈ, ਤੇ ਉਸ ਤੋਂ ਬਾਅਦ ਵਿੱਚ ਸਰਹੰਦ ਦੇ ਵਜ਼ੀਰ ਖਾਨ ਨੇ ਬਹੁਤ ਸਾਰੇ ਉਹਨਾਂ ਨੂੰ ਤਸੀਹੇ ਦਿੱਤੇ, ਬਹੁਤ ਸਾਰੇ ਕਸ਼ਟ ਦਿੱਤੇ, ਤੇ ਫਿਰ ਉਹਨਾਂ ਨੂੰ ਨੀਹਾਂ ਵਿੱਚ ਜਿਉਂਦੇ ਹੀ ਨੀਹਾਂ ਵਿੱਚ ਚਿਣਵਾ ਦਿੱਤਾ ਗਿਆ ਸੀਗਾ। ਠੀਕ ਹੈ, ਉਹਨੇ ਬਿਲਕੁਲ ਵੀ ਤਰਸ ਨਹੀਂ ਸੀ ਖਾਧਾ ਤੇ ਦੋ ਛੋਟੇ ਸਾਹਿਬਜ਼ਾਦਿਆਂ ਨੇ ਪਰਮਾਤਮਾ ਦੇ ਵਿੱਚ ਭਾਣਾ ਮੰਨ ਕੇ ਉਹਨਾਂ ਨੇ ਹੱਸ ਕੇ ਜਿਹੜੀ ਸ਼ਹਾਦਤ ਹੈ ਉਹ ਕਬੂਲ ਕੀਤੀ ਸੀ। ਠੀਕ ਹੈ, ਸੋ ਇਸੇ ਹੀ ਦਰਦ ਨੂੰ ਇਸ ਕਵਿਤਾ ਦੇ ਵਿੱਚ ਬਿਆਨ ਕੀਤਾ ਹੋਇਆ ਹੈ ਕਿਉਂਕਿ ਉਸ ਟਾਈਮ ਤੇ ਉਹਨਾਂ ਦੇ ਨਾਲ ਮਾਤਾ ਗੁਜਰੀ ਜੀ ਜੋ ਕਿ ਉਹਨਾਂ ਦੇ ਦਾਦੀ ਜੀ ਸਨ ਉਹ ਸਨ। ਠੀਕ ਹੈ, ਸੋ ਫਸਟਲੀ ਕਵੀ ਬਾਰੇ ਆਪਾਂ ਪੜ੍ਹ ਲਈਏ ਜਾਣ ਪਛਾਣ, ਔਰ ਤੁਹਾਨੂੰ ਕਵਿਤਾ ਦੇ ਵਿੱਚੋਂ ਦੀ ਸਿਰਫ ਵਨ ਵਰਡ ਕੁਸ਼ਚਨ ਆਨਸਰਸ ਹੀ ਆਣਗੇ। ਠੀਕ ਹੈ, ਸੋ ਇਸ ਲਈ ਪੋਇਮ ਜਿਹੜੀ ਹੈ ਬਹੁਤ ਜ਼ਿਆਦਾ ਧਿਆਨ ਨਾਲ ਸੁਣਨੀ ਹੈ, ਰਾਈਟ। ਨੰਦ ਲਾਲ ਨੂਰਪੁਰੀ ਦਾ ਜਨਮ ਜ਼ਿਲ੍ਹਾ ਲਾਇਲਪੁਰ ਪਾਕਿਸਤਾਨ ਵਿੱਚ ਹੋਇਆ। ਬਹੁਤਾ ਸਮਾਂ ਜਲੰਧਰ ਵਿੱਚ ਰਹੇ। ਉਹ ਇੱਕ ਫੱਕਰ ਕਵੀ ਸਨ, ਫਕੀਰ ਟਾਈਪ। ਠੀਕ ਹੈ, ਉਹਨਾਂ ਨੇ ਬਹੁਤਾ ਸਾਰਾ ਲੋਕ ਕਾਵ ਰਚਿਆ। ਉਹਨਾਂ ਦੇ ਲਿਖੇ ਗੀਤ ਲੋਕਾਂ ਦੀ ਰੂਹ ਦੀ ਆਵਾਜ਼ ਹਨ ਅਤੇ ਮਨ ਦੇ ਜਜ਼ਬਿਆਂ ਨੂੰ ਪ੍ਰਗਟ ਕਰਦੇ ਹਨ। ਜਿੰਨੇ ਵੀ ਉਹਨਾਂ ਨੇ ਗੀਤ ਲਿਖੇ, ਉਹਨਾਂ ਨੇ ਗੀਤ ਵੀ ਬਹੁਤ ਲਿਖੇ ਨੇ, ਪੰਜਾਬੀ ਗੀਤ, ਉਹਨਾਂ ਲੋਕਾਂ ਦੇ ਬਹੁਤ ਜ਼ਿਆਦਾ ਦਿਲਾਂ ਵਿੱਚ ਵਸੇ ਹੋਏ ਹਨ। ਪਿੰਡਾਂ ਤੇ ਸ਼ਹਿਰਾਂ ਦੇ ਗੱਭਰੂ ਉਹਨਾਂ ਦੇ ਗੀਤ ਅਕਸਰ ਗੁਣਗੁਣਾਉਂਦੇ ਰਹਿੰਦੇ ਹਨ।
ਖਾਸ ਤੌਰ ਤੇ ਐਦੋ ਇੱਥੋਂ ਉੱਡ ਜਾ ਭੋਲਿਆ ਪੰਛੀ ਇਹਨਾਂ ਦੇ ਗੀਤ ਹਨ ਸਾਰੇ ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ ਕਾਨੂੰ ਵੀ ਪਿੱਪਲਾ ਖੜ ਖੜ ਲਾਈ ਆ ਗੀਤ ਬਹੁਤ ਹੀ ਮਸ਼ਹੂਰ ਹੋਏ ਉਹਨਾਂ ਦੀਆਂ ਕਈ ਕਵਿਤਾਵਾਂ ਜਿਵੇਂ ਕਿ ਪੰਜਾਬ ਬੋਲਿਆ ਨਾ ਹੀ ਛਪੀ ਕਿਤਾਬ ਵਿੱਚ ਦਰਜ ਹਨ ਪਰ ਆਪਦਾ ਅੰਤਲਾ ਸਮਾਂ ਬਹੁਤ ਹੀ ਗਰੀਬੀ ਭਰਿਆ ਬੀਤਿਆ ਤੇ ਆਪ 1966 ਵਿੱਚ ਰੱਬ ਨੂੰ ਪਿਆਰੇ ਹੋ ਗਏ ਨਾਲ ਡੈਥ ਹੋ ਗਈ 1966 ਦੇ ਵਿੱਚ ਠੀਕ ਹੈ ਸੋ ਪੋਇਮ ਦੇਖੋ ਅੱਧੀ ਰਾਤੀ ਮਾਂ ਗੁਜਰੀ ਬੈਠੀ ਘੋੜੀਆਂ ਚੰਦਾ ਦੀਆਂ ਗਾਵੇ ਹੁਣ ਠੰਡੇ ਬੁਰਜ ਵਿੱਚ ਜਿੱਥੇ ਸੂਬਾ ਸਰਹੰਦ ਨੇ ਮਾਤਾ ਗੁਜਰੀ ਜੀ ਤੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਕੈਦ ਕੀਤਾ ਹੋਇਆ ਸੀ ਠੀਕ ਹੈ ਜਦੋਂ ਉਹਨਾਂ ਨੂੰ ਮੌਤ ਲਾੜੀ ਵਿਆਹਣ ਆਈ ਸੀ ਠੀਕ ਹੈ ਕਿਉਂਕਿ ਜਦੋਂ ਛੋਟੇ ਸਾਹਿਬਜ਼ਾਦੇ ਗਏ ਸੀ ਸ਼ਹੀਦੀ ਪ੍ਰਾਪਤ ਕਰਨ ਤੇ ਉਹਨਾਂ ਦੇ ਦਾਦੀ ਜੀ ਨੇ ਨਾ ਉਹਨਾਂ ਨੂੰ ਲਾੜਿਆਂ ਦੀ ਤਰ੍ਹਾਂ ਸਜਾਇਆ ਸੀ ਮਤਲਬ ਕਿ ਜਿੱਦਾਂ ਉਹ ਕਿਸੇ ਨੂੰ ਵਿਆਹਣ ਚੱਲੇ ਹੁੰਦੇ ਹਨ ਤੇ ਜਿਹੜੀ ਮੌਤ ਸੀ ਉਹਨੂੰ ਲਾੜੀ ਕਿਹਾ ਗਿਆ ਹੈ ਠੀਕ ਹੈ ਲਾੜੀ ਮਤਲਬ ਉਹਨਾਂ ਦੀ ਦੁਲਹਨ ਕਿਉਂਕਿ ਉਹਨਾਂ ਨੇ ਹੱਸ ਕੇ ਪ੍ਰਵਾਨ ਕੀਤਾ ਸੀ ਉਹਨੂੰ ਠੀਕ ਸੋ ਮੌਤ ਰੂਪੀ ਲਾੜੀ ਨੂੰ ਜਦੋਂ ਵਿਆਹ ਲਈ ਤੁਰ ਰਹੇ ਸਨ ਤੇ ਮਾਤਾ ਜੀ ਨੇ ਜਿਹੜੇ ਦਾਦੀ ਜੀ ਸਨ ਉਹਨਾਂ ਦੇ ਮਾਤਾ ਗੁਜਰੀ ਜੀ ਉਹਨਾਂ ਨੇ ਉਹਨਾਂ ਨੂੰ ਲਾੜਿਆਂ ਦੀ ਤਰ੍ਹਾਂ ਤਿਆਰ ਕੀਤਾ ਸੀ ਉਹਨਾਂ ਦੇ ਸਿਰ ਤੇ ਇੱਕ ਕਲਗੀ ਸਜਾਈ ਸੀ ਜਿਸ ਤਰ੍ਹਾਂ ਆਪਾਂ ਸਹਿਰਾ ਬੰਨਦੇ ਹਾਂ ਉਹਦੇ ਤੇ ਆਪਾਂ ਕਲਗੀ ਲਗਾਉਂਦੇ ਹਾਂ ਨਾ ਉਸੇ ਤਰ੍ਹਾਂ ਹੀ ਉਹਨਾਂ ਨੇ ਉਹਨਾਂ ਨੂੰ ਤਿਆਰ ਕੀਤਾ ਸੀ ਠੀਕ ਹੈ ਤੇ ਉਹ ਅੱਧੀ ਰਾਤ ਨੂੰ ਜਦੋਂ ਉਹਨਾਂ ਨੇ ਜਾਣਾ ਸੀ ਸ਼ਹੀਦੀ ਪ੍ਰਾਪਤ ਕਰਨ ਅੱਧੀ ਰਾਤ ਨੂੰ ਮਾਤਾ ਗੁਜਰੀ ਜੀ ਘੋੜੀਆਂ ਗਾ ਰਹੇ ਸਨ ਘੋੜੀਆਂ ਪਤਾ ਕਿਸੇ ਨੂੰ ਕੀ ਹੁੰਦਾ ਹੈ ਘੋੜੀਆਂ ਘੋੜੀਆਂ ਚੰਦਾ ਦੀਆਂ ਗਾਵੇ ਐਨੀਵਨ ਨੋ ਘੋੜੀਆਂ ਇੱਕ ਨਾ ਲੋਕ ਗੀਤ ਹੈ ਜੋ ਕਿ ਮੁੰਡੇ ਦੇ ਵਿਆਹ ਸਮੇਂ ਗਾਏ ਜਾਂਦੇ ਹਨ ਠੀਕ ਹੈ ਸੁਹਾਗ ਜਿਹੜੇ ਹੁੰਦੇ ਹਨ ਉਹ ਕੁੜੀ ਦੇ ਵਿਆਹ ਸਮੇਂ ਗਾਏ ਜਾਂਦੇ ਹਨ ਜਿਸ ਤਰ੍ਹਾਂ ਰਾਤ ਨੂੰ ਆਪਾਂ ਕਹਿੰਦੇ ਲੇਡੀ ਸੰਗੀਤ ਅੱਜ ਕੱਲ੍ਹ ਜਿਸ ਤਰ੍ਹਾਂ ਲੇਡੀ ਸੰਗੀਤ ਦਾ ਕਾਫੀ ਟ੍ਰੈਂਡ ਚੇਂਜ ਹੋ ਚੁੱਕਾ ਹੈ ਪਹਿਲਾਂ ਪਹਿਲਾਂ ਕੀ ਸੀਗਾ ਪਿੰਡਾਂ ਦੀਆਂ ਬਹੁਤ ਸਾਰੀਆਂ ਔਰਤਾਂ ਜਿਹੜੀਆਂ ਸਨ ਉਹ ਮਿਲ ਕੇ ਘੋੜੀਆਂ ਗਾਉਂਦੀਆਂ ਸਨ ਠੀਕ ਹੈ ਯੈਸ ਦੀਆ ਮੈਮ ਆਪਕੀ ਆਵਾਜ਼ ਅੱਛੇ ਸੇ ਨਹੀਂ ਆ ਰਹੀ ਹੈ ਓਕੇ ਰਮੀ ਮੈਮ ਸੇਮ ਹੀ ਤਾਂ ਵੌਇਸ ਲੈਗ ਕਰ ਰਹੀ ਹੈ ਓਕੇ 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 ਹੁਣ ਠੀਕ ਹੈ ਬੇਟਾ ਰਾਈਟ ਸੋ ਜਿਹੜੀਆਂ ਘੋੜੀਆਂ ਨੇ ਉਹ ਕੀ ਕੀਤਾ ਜਾਂਦਾ ਹੈ ਮੁੰਡੇ ਦੇ ਵਿਆਹ ਤੇ ਗਈਆਂ ਜਾਂਦੀਆਂ ਹਨ ਕਿਉਂਕਿ ਉਹਨਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਇੱਕ ਤਰ੍ਹਾਂ ਨਾਲ ਵਿਆਹਣ ਦੇ ਲਈ ਮੌਤ ਰੂਪੀ ਲਾੜੀ ਦੇ ਨਾਲ ਵਿਆਹਣ ਦੇ ਲਈ ਜਾਣਾ ਸੀ ਤੇ ਤਾਂ ਉਹ ਉਹਨਾਂ ਦੀਆਂ ਅੱਧੀ ਰਾਤ ਨੂੰ ਉੱਠ ਕੇ ਘੋੜੀਆਂ ਗਾ ਰਹੇ ਸਨ ਠੀਕ ਹੈ ਸੋ ਇਹਦੇ ਵਿੱਚ ਉਹਨਾਂ ਦੇ ਸਰਹੰਦ ਵਿੱਚ ਨੀਹਾਂ ਵਿੱਚ ਚਿਣੇ ਜਾਣ ਦੀ ਇੱਕ ਦਰਦਨਾਕ ਘਟਨਾ ਨੂੰ ਬਿਆਨ ਕੀਤਾ ਹੋਇਆ ਹੈ ਅੱਖੀਆਂ ਦੇ ਤਾਰਿਆਂ ਦਾ ਮੈਨੂੰ ਚਾਨਣ ਨਜ਼ਰ ਨਾ ਆਵੇ ਤੇ ਮਾਤਾ ਗੁਜਰੀ ਜੀ ਘੋੜੀਆਂ ਗਾਉਂਦੇ ਹੋਏ ਕਹਿੰਦੇ ਹਨ ਕਿ ਜਿਹੜੇ ਉਹਨਾਂ ਦੇ ਅੱਖਾਂ ਦੇ ਤਾਰੇ ਸਨ ਠੀਕ ਹੈ ਛੋਟੇ ਸਾਹਿਬਜ਼ਾਦੇ ਹੁਣ ਛੋਟੇ ਸਾਹਿਬਜ਼ਾਦਿਆਂ ਦੇ ਨਾਮ ਲਿਖ ਲਓ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਇਹ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਛੋਟੇ ਸਾਹਿਬਜ਼ਾਦੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਤੇ ਫਤਿਹ ਸਿੰਘ ਜੀ ਠੀਕ ਹੈ ਇਹ ਸਨ ਛੋਟੇ ਸਾਹਿਬਜ਼ਾਦੇ ਓਕੇ ਸੋ ਇਹਨਾਂ ਦੋਨਾਂ ਦੇ ਜਦੋਂ ਉਹਨਾਂ ਨੇ ਵਿਛੋੜੇ ਦੇ ਰੂਪ ਵਿੱਚ ਜਦੋਂ ਉਹਨਾਂ ਤੋਂ ਵਿਛੜ ਗਏ ਤੇ ਮਾਤਾ ਗੁਜਰੀ ਜੀ ਅੱਧੀ ਰਾਤ ਨੂੰ ਘੋੜੀਆਂ ਗਾ ਰਹੇ ਸਨ ਉਹਨਾਂ ਦੀਆਂ ਕਿਉਂਕਿ ਉਹਨਾਂ ਨੇ ਆਪਣੇ ਦੋਨਾਂ ਪੋਤਰਿਆਂ ਨੂੰ ਗ੍ਰੈਂਡਸਨਸ ਨੂੰ ਕੀ ਕੀਤਾ ਸੀਗਾ ਤੋੜ ਦਿੱਤਾ ਸੀ ਮੌਤ ਦੇ ਨਾਲ ਵਿਆਹ ਦੇ ਲਈ ਠੀਕ ਹੈ ਤੇ ਉਹਨਾਂ ਦੇ ਜਦੋਂ ਕਹਿੰਦੇ ਹਨ ਕਿ ਮੈਨੂੰ ਮੇਰੇ ਚੰਨ ਵਰਗੇ ਜਿੰਨੇ ਵੀ ਦੋ ਪੋਤੇ ਹਨ ਉਹਨਾਂ ਦਾ ਕਿਤੇ ਵੀ ਮੈਨੂੰ ਨਜ਼ਾਰਾ ਨਹੀਂ ਮਿਲਣਾ ਮੈਨੂੰ ਕਿਤੇ ਵੀ ਉਹਨਾਂ ਦਾ ਮੁੱਖ ਦੇਖਣ ਨੂੰ ਦੁਬਾਰਾ ਨਹੀਂ ਮਿਲੇਗਾ ਠੀਕ ਹੈ ਨੀ ਕੱਲ ਜਦੋਂ ਸੌਣ ਲੱਗੀ ਮੇਰੇ ਕੋਲ ਹੀਰਿਆਂ ਦੀ ਜੋੜੀ ਨੀ ਕੱਲ ਮਤਲਬ ਕਿ ਜਦੋਂ ਹੀਰਿਆਂ ਦੀ ਜੋੜੀ ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਕੋਲ ਸੁੱਤੇ ਹੋਏ ਸਨ ਠੰਡੇ ਬੁਰਜ ਵਿੱਚ ਠੀਕ ਹੈ ਉਹ ਹੁਣ ਮੈਨੂੰ ਕਿਤੇ ਵੀ ਨਜ਼ਰ ਨਹੀਂ ਆਣੇ ਕਿਉਂਕਿ ਉਹ ਹੁਣ ਚਲੇ ਗਏ ਹਨ ਰਾਈਟ ਆਪਣੇ ਧਰਮ ਦੀ ਖਾਤਰ ਕੁਰਬਾਨੀ ਦੇਣ ਲਈ ਠੀਕ ਹੈ ਪਿੰਡਿਆਂ ਤੇ ਹੱਥ ਫੇਰ ਕੇ ਮੈਂ ਆਖਿਆ ਵੰਡੂੰਗੀ ਲੋਹੜੀ ਪਿੰਡੇ ਉਹਨਾਂ ਦੀ ਬੈਕ ਤੇ
ਜਿਸ ਤਰ੍ਹਾਂ ਆਪਾਂ ਛੋਟੇ ਬੱਚਿਆਂ ਨੂੰ ਸਹਿਲਾਉਂਦੇ ਹਾਂ ਕਿਉਂਕਿ ਉਹ ਹਲੇ ਛੋਟੇ ਹੀ ਸਨ, ਉਹਨਾਂ ਦੀ ਉਮਰ ਇੰਨੀ ਜ਼ਿਆਦਾ ਵੱਡੀ ਨਹੀਂ ਸੀ, ਠੀਕ ਹੈ, ਤੇ ਉਹਨਾਂ ਨੂੰ ਜਦੋਂ ਪਿੰਡਿਆਂ ਤੇ ਹੱਥ ਫੇਰ ਰਹੇ ਸਨ, ਉਹਨਾਂ ਨੂੰ ਸਹਿਲਾ ਰਹੇ ਸਨ, ਉਹਨਾਂ ਨੂੰ ਇੱਕ ਥਾਪੀ ਦੇ ਰਹੇ ਸਨ ਜਾਂ ਉਹਨਾਂ ਨੂੰ ਸ਼ਾਬਾਸ਼ੀ ਕਹਿ ਲਓ ਕਿ, ਠੀਕ ਹੈ, ਜਾਂ ਲੋਹੜੀ ਗਾ ਰਹੇ ਸਨ, ਉਹਨਾਂ ਨੂੰ ਕਹਿੰਦੇ ਸਨ ਕਿ ਮੈਂ ਤੁਹਾਡੀ ਲੋਹੜੀ ਵੰਡਾਂਗੀ, ਠੀਕ ਹੈ, ਕਿਉਂਕਿ ਇਹ ਦਸੰਬਰ ਮਹੀਨੇ ਦੀ ਗੱਲ ਹੈ। ਉਹਨਾਂ ਨੇ ਕਿਹਾ ਸੀਗਾ ਕਿ ਮੈਂ ਹੁਣ ਇਹਨਾਂ ਦੀ ਲੋਹੜੀ ਵੰਡਾਂਗੀ, ਮੈਂ ਬਹੁਤ ਜ਼ਿਆਦਾ ਇਹਨਾਂ ਦੀਆਂ ਖੁਸ਼ੀਆਂ ਮਨਾਵਾਂਗੀ, ਪਰ ਹੁਣ ਉਹ ਮੇਰੇ ਕੋਲ ਬਿਲਕੁਲ ਵੀ ਨਹੀਂ ਹਨ, ਮੇਰੇ ਕੋਲੋਂ ਹਮੇਸ਼ਾ ਲਈ ਉਹ ਵਿਛੜ ਗਏ ਹਨ, ਚਲੇ ਗਏ ਹਨ, ਠੀਕ ਹੈ। ਢਿੱਡ ਦਾ ਸੇਕ ਬੁਰਾ ਨਹੀਂ ਮੇਰੇ ਕੋਲ ਚੱਲਿਆ ਨਾ ਜਾਵੇ, ਢਿੱਡ ਦਾ ਸੇਕ ਮਤਲਬ, ਕਿਉਂਕਿ ਜਦੋਂ ਇੱਕ ਮਾਂ ਦੇ ਕੋਲੋਂ ਦੀ ਪੁੱਤਰ ਜਾਂ ਪੁੱਤਰੀ ਅਲੱਗ ਹੁੰਦੇ ਹਨ ਤੇ ਮਾਂ ਜਿਹੜੀ ਹੈ ਬਹੁਤ ਜ਼ਿਆਦਾ ਵਿਛੋੜੇ ਵਿੱਚ ਰੋਂਦੀ ਹੈ, ਠੀਕ ਹੈ। ਢਿੱਡ ਦਾ ਸੇਕ ਮਤਲਬ ਕਿ ਪਿਆਰ, ਹੁਣ ਉਹ ਵਾਲਾ ਪਿਆਰ ਮਾਤਾ ਗੁਜਰੀ ਜੀ ਕਹਿੰਦੇ ਹਨ ਕਿ ਮੈਨੂੰ ਕਿਤੇ ਵੀ ਨਹੀਂ ਮਿਲਣਾ, ਮੇਰੇ ਕੋਲ ਚੱਲਿਆ ਨਹੀਂ ਜਾ ਸਕਦਾ, ਮੇਰੇ ਕੋਲੋਂ ਬਰਦਾਸ਼ਤ ਨਹੀਂ ਹੋ ਸਕਦਾ, ਜੋ ਉਹਨਾਂ ਦਾ ਇੱਕ ਵਿਛੋੜਾ ਪੈ ਚੁੱਕਾ ਹੈ। ਅੱਧੀ ਰਾਤੀ ਮਾਂ ਗੁਜਰੀ ਬੈਠੀ ਘੋੜੀਆਂ ਚੰਦਾਂ ਦੀਆਂ ਗਾਵੇ, ਠੀਕ ਹੈ, ਤੇ ਮਾਤਾ ਗੁਜਰੀ ਜੀ ਅੱਧੀ ਰਾਤ ਨੂੰ ਬੈਠ ਕੇ ਘੋੜੀਆਂ ਗਾ ਰਹੇ ਸਨ, ਕਿਹਨਾਂ ਦੀਆਂ, ਛੋਟੇ ਸਾਹਿਬਜ਼ਾਦਿਆਂ ਦੀਆਂ, ਠੀਕ ਹੈ, ਕਲੀਅਰ ਹੈ। ਇੱਥੋਂ ਤੱਕ ਕਿਸੇ ਨੂੰ ਕੋਈ ਵੀ ਡਾਊਟ ਹੋਏ ਫਸਟ ਪੈਰੇ ਵਿੱਚ ਤਾਂ ਪੁੱਛ ਲਓ ਮੈਨੂੰ। ਓਕੇ, ਸੈਕਿੰਡ ਦੇਖੋ, ਸੁਪਨਾ ਸੱਚ ਹੋਇਆ ਮੇਰੇ ਨਾਲ ਝਗੜ ਪਈ ਹੋਣੀ, ਇੱਟ ਉੱਤੇ ਇੱਟ ਰੱਖ ਕੇ ਤੇਰੇ ਹੀਰਿਆਂ ਦੀ ਚਮਕ ਲਕੋਣੀ, ਸੁਪਨਾ ਸੱਚ ਹੋ ਗਿਆ। ਹੁਣ ਅੱਗੇ ਮਾਤਾ ਗੁਜਰੀ ਜੀ ਕੀ ਕਹਿੰਦੇ ਹਨ, ਉਹਨਾਂ ਨੂੰ ਜਿਹੜਾ ਇੱਕ ਸੁਪਨਾ ਆਇਆ ਸੀ, ਇੱਕ ਬੁਰਾ ਸੁਪਨਾ ਆਇਆ ਸੀ, ਕਿਉਂਕਿ ਗੰਗੂ ਰਸੋਈਆ ਸੀ ਜਿਹੜਾ ਉਹਨਾਂ ਉਹ ਲਾਲਚ ਵਿੱਚ ਆ ਗਿਆ ਸੀ ਤੇ ਠੰਡੇ ਬੁਰਜ ਵਿੱਚ ਕੈਦ ਕਰ ਲਿਆ ਸੀ, ਤਾਂ ਕਿਤੇ ਨਾ ਕਿਤੇ ਮਾਤਾ ਗੁਜਰੀ ਜੀ ਨੂੰ ਲੱਗ ਰਿਹਾ ਸੀ ਕਿ ਹੁਣ ਇੱਕ ਕੋਈ ਬੁਰੀ ਖਬਰ ਮੈਨੂੰ ਮਿਲਣ ਜਾ ਰਹੀ ਹੈ, ਠੀਕ ਹੈ। ਉਹਨਾਂ ਦਾ ਇੱਕ ਬੁਰਾ ਸੁਪਨਾ ਸੀ ਜੋ ਉਹਨਾਂ ਨੂੰ ਆ ਰਿਹਾ ਸੀ, ਉਹ ਕਹਿ ਰਹੇ ਨੇ ਹੁਣ ਸੱਚ ਹੋ ਗਿਆ, ਮੇਰੇ ਨਾਲ ਝਗੜ ਪਈ ਹੋਣੀ, ਝਗੜ ਪਈ ਮੇਰੇ ਨਾਲ ਮੌਤ, ਠੀਕ ਹੈ, ਮੇਰੇ ਨਾਲ ਝਗੜ ਪਈ ਹੋਣੀ, ਹੋਣੀ ਮਤਲਬ ਜਿਹੜੀ ਇੱਕ ਹੈਪਨਿੰਗ ਮਿਸ ਹੈਪਨਿੰਗ ਹੋਣੀ ਸੀਗੀ, ਠੀਕ ਹੈ, ਇੱਕ ਦੁਰਘਟਨਾ ਹੋਣੀ ਸੀਗੀ, ਉਹ ਮੇਰੇ ਨਾਲ ਝਗੜ ਪਈ, ਮਤਲਬ ਕੀ ਹੈ ਕਿ ਮੈਂ ਅੱਜ ਬੁਰਾ ਕੁਛ ਨਾ ਕੁਛ ਕਰਕੇ ਹੀ ਰਵਾਂਗੀ, ਹੋਣੀ ਇਸ ਤਰ੍ਹਾਂ ਦੀ, ਠੀਕ ਹੈ। ਤੇ ਜਿਹੜਾ ਮਾਤਾ ਗੁਜਰੀ ਜੀ ਨੇ ਸੁਪਨਾ ਦੇਖਿਆ ਸੀ ਉਹਨਾਂ ਦਾ ਉਹ ਸੱਚ ਹੋ ਗਿਆ। ਇੱਟ ਉੱਤੇ ਇੱਟ ਰੱਖ ਕੇ ਤੇਰੇ ਹੀਰਿਆਂ ਦੀ ਚਮਕ ਲਗਾਉਣੀ, ਹੁਣ ਹੋਣੀ, ਠੀਕ ਹੈ, ਬਦਕਿਸਮਤੀ। ਹੁਣ ਉਹ ਕੀ ਕਹਿ ਰਹੀ ਹੈ ਮਾਤਾ ਗੁਜਰੀ ਜੀ ਨੂੰ ਕਿ ਮੈਂ ਇੱਟ ਉੱਤੇ ਇੱਟ ਰੱਖ ਕੇ ਤੇਰੇ ਹੀਰਿਆਂ ਦੀ ਚਮਕ ਲਗਾਉਣੀ, ਇੱਟ ਉੱਤੇ ਇੱਟ ਮਤਲਬ ਕਿਉਂਕਿ ਉਹਨਾਂ ਨੂੰ ਛੋਟੇ ਸਾਹਿਬਜ਼ਾਦਿਆਂ ਨੂੰ ਸਰਹੰਦ ਦੀ ਦੀਵਾਰ ਵਿੱਚ ਜਿਉਂਦਿਆਂ ਹੀ ਚਿਣਵਾ ਦਿੱਤਾ ਗਿਆ ਸੀ, ਠੀਕ ਹੈ। ਸੋ ਉਹਨਾਂ ਨੇ ਕਿਹਾ ਕਿ ਇੱਟ ਉੱਤੇ ਇੱਟ ਆਪਾਂ ਏਦਾਂ ਰੱਖਣੀ ਹੈ, ਤੇ ਤੇਰੇ ਹੀਰੇ, ਹੀਰੇ ਕੌਣ ਹੈ ਇੱਥੇ,